ਸੀ ਤੂੰ ਬੁੜਕ ਕੇ ਖਲੋ ਗਿਆ ਹੈ ਕੀ ਕਿਹਾ ਜੀ ਇੱਕ ਵਾਰੀ ਫਿਰ ਦੱਸ ਕਿਧਰੇ ਮੁਨਾਦੀ ਵਾਲੇ ਦੇ ਕੰਨ 'ਤੇ ਨਹੀਂ ਵੱਜਦੇ ਪਏ ਮੈਂ ਉਹ ਗੱਲ ਮੁੜ ਦੁਹਰਾ ਦਿੱਤੀ ਸ਼ੇਖ ਸਾਹਿਬ ਨੇ ਮੇਰੇ ਮੋਢੇ ਉੱਤੇ ਬਹੁਤ ਜ਼ੋਰ ਦੀ ਥਾਪੀ ਮਾਰੀ ਮੇਰੀਆਂ ਚੂਲਾਂ ਹੀ ਲੱਗੀਆਂ ਸਾਰੀਆਂ ਮੈਨੂੰ ਇਹ ਖੁਸ਼ੀ ਜ਼ਰੂਰ ਹੋਈ ਜੋ ਸ਼ੇਖ ਸਾਹਿਬ ਦੇ ਦਿਲ ਵਿੱਚ ਜੇ ਕੋਈ ਮਾੜਾ ਮੋਟਾ ਸ਼ੱਕ ਸ਼ੰਕਾ ਸੀ ਮੇਰੀ ਸੋਚ ਸਮਝ ਬਾਰੇ ਤਾਂ ਉਹ ਨਿਕਲ ਗਿਆ ਸੀ ਮੈਂ ਇਮਤਿਹਾਨ 'ਚ ਪਾਸ ਹੋ ਗਿਆ ਸਾਂ ਕਹਿਣ ਲੱਗੇ ਬਿਲਕੁਲ ਉਹੀ ਮਜੀਦ ਸਾਹਿਬ ਤੂੰ ਤਾਂ ਅਸਲੋਂ ਖੁਰਾ ਜਾਣ ਲੱਗ ਪਿਆ ਅੱਛਾ ਯਾਰ ਇਹ ਦੱਸ ਮੈਨੂੰ ਇਸ ਗੱਲ ਦਾ ਤੈਨੂੰ ਕਿਵੇਂ ਪਤਾ ਹੈ ਤੂੰ ਤਾਂ ਅਸਲੋਂ ਹੀ ਅੱਜ ਕੱਲ੍ਹ ਦਾ ਜੰਮ ਹੈ ਠੀਕ ਠੀਕ ਦੱਸੀ ਮੈਂ ਕਿਹਾ ਜੀ ਇੰਝ ਹੀ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਸੁਣਿਆ ਸੀ ਇਹਦਾ ਮਤਲਬ ਹੈ ਤੂੰ ਆਪਣਾ ਖਬਰ ਵਸੀਲਾ ਨਹੀਂ ਦੱਸਣਾ ਚਾਹੁੰਦਾ ਜ਼ਬਰਦਸਤ ਮੁਨਾਦੀ ਵਾਲਾ ਰਾਜ਼ੀ ਹੈ ਤੇ ਤੂੰ ਸ਼ੇਖ ਸਾਹਿਬ ਬੈਗ ਕੱਛੇ ਮਾਰੀ ਪੜਦੇ ਉਲਿਓ ਨਿਕਲ ਆਏ ਅੱਖਾਂ ਘੁਮਾਉਂਦੇ ਬੁੱਲਾਂ ਨੂੰ ਕਈ ਸ਼ਕਲਾਂ ਦਿੰਦੇ ਉਤਾਂ ਚੜੀਆਂ ਨਾਸਾਂ ਹੋਰ ਉਤਾਂ ਚਾੜਦੇ ਮੇਰੇ ਕੋਲ ਆ ਟੁੱਕੇ ਕਿਸੇ ਡੂੰਘੀ ਸੋਚ 'ਚ ਡੁੱਬੇ ਜਾਪਦੇ ਸਨ ਮੈਂ ਕੁਰਸੀ ਚੁੱਕ ਕੇ ਉਹਨਾਂ ਦੇ ਬੈਠਣ ਲਈ ਰੱਖ ਦਿੱਤੀ ਬੈਠ ਕੇ ਇੱਕ ਨਜ਼ਰ ਮੇਰੇ 'ਤੇ ਮਾਰੀ ਮੈਨੂੰ ਪਹਿਲੀ ਵਾਰੀ ਉਹਨਾਂ ਦੀ ਤੱਕਣੀ ਵਿੱਚੋਂ ਉਪਰੇਵੇਂ ਦੀ ਕੜਿੱਕੀ ਦੀ ਥਾਂ ਅਪਣੈਤ ਦੀ ਤਰਾਵਤ ਸਹੀ ਹੋਈ ਇੱਕ ਨਜ਼ਰ ਮੇਰੇ 'ਤੇ ਮਾਰੀ ਮੈਨੂੰ ਪਹਿਲੀ ਵਾਰੀ ਉਹਨਾਂ ਦੀ ਤੱਕਣੀ ਵਿੱਚੋਂ ਉਪਰੇਵੇਂ ਦੀ ਕੜਕੀ ਦੀ ਥਾਂ ਅਪਣੈਤ ਦੀ ਤਰਾਵਤ ਸਹੀ ਹੋਈ ਬੜਾ ਸੁੱਖ ਮਿਲਿਆ ਮੈਨੂੰ ਇਹ ਵੇਖ ਕੇ ਮੈਂ ਸਮਝ ਗਿਆ ਉਹਨਾਂ ਨੇ ਕਿਤਾਬਾਂ ਵਿੱਚ ਕੋਈ ਅਜਿਹੀ ਕਿਤਾਬ ਵੇਖ ਲਈ ਹੈ ਜਿਹਦੇ ਨਾਲ ਉਹਨਾਂ ਨੂੰ ਮੇਰੀ ਤਸੱਲਾ ਹੋ ਗਈ ਗੱਲ ਸੁਣ ਮੇਰੀ ਸਿੱਖ ਨੈਸ਼ਨਲ ਕਾਲਜ ਸੁਣਿਆ ਇਹੀ ਵੰਡ ਤੋਂ ਪਹਿਲਾਂ ਦਾ ਹਾਂਜੀ ਪ੍ਰੋਫੈਸਰ ਨਰਿੰਜਨ ਸਿੰਘ ਵਾਲਾ ਕੁੱਲ ਬਿੱਲ ਉਹੀ ਉਹ ਹੱਸੇ ਉੱਚੀ ਸਾਰੀ ਮੈਨੂੰ ਉਮੀਦ ਸੀ ਇਹ ਬੰਦਾ ਲਾਜ਼ਮੀ ਜਾਣਦਾ ਹੋਵੇਗਾ ਪ੍ਰੋਫੈਸਰ ਨਰਿੰਜਨ ਸਿੰਘ ਨੂੰ ਸ਼ੇਖ ਸਾਹਿਬ ਦੀਆਂ ਅੱਖਾਂ ਵਿੱਚ ਚਾਨਣ ਆ ਗਿਆ ਨਰਿੰਜਨ ਸਿੰਘ ਨੂੰ ਅੰਗਰੇਜ਼ ਦੁਸ਼ਮਣ ਵਿਚਾਰਾਂ ਬਾਹਰੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਗਰੇਜ਼ ਦੋਸਤ ਸਰਦਾਰਾਂ ਨੇ ਨੌਕਰੀਓਂ ਕੱਢ ਦਿੱਤਾ ਅਤੇ ਉਹਨਾਂ ਦੇ ਨਾਲ ਹੀ ਕਈ ਹੋਰ ਪ੍ਰੋਫੈਸਰਾਂ ਵੀ ਨੌਕਰੀਆਂ ਛੱਡ ਦਿੱਤੀਆਂ ਇਹ ਇੱਕ ਪੂਰਾ ਜੱਥਾ ਬਣ ਕੇ ਲਾਹੌਰ ਆ ਗਿਆ ਅਤੇ ਇਹਨਾਂ ਬੁੱਧੂ ਦੇ ਆਵੇ ਦੇ ਸਾਹਮਣੇ ਜੀ ਟੀ ਰੋਡ ਉੱਤੇ ਸਿੱਖ ਨੈਸ਼ਨਲ ਕਾਲਜ ਦੀ ਇੱਟ ਰੱਖੀ ਹਾਂਜੀ ਮੈਂ ਸੁਣਿਆ ਹੈ ਜੀ ਇਹ ਹਾਲ ਮੈਂ ਸ਼ੇਖ ਸਾਹਿਬ ਨੂੰ ਹੰਗੂਰਾ ਦਿੱਤਾ ਬੜਾ ਨਾਂ ਹੋ ਗਿਆ ਇਸ ਕਾਲਜ ਦਾ ਦਿਨਾਂ ਵਿੱਚ ਹੀ ਮੈਂ 11ਵੀਂ ਕਰਨੀ ਸੀ ਪਰ ਮੇਰੇ ਕੋਲ ਕਿਧਰੇ ਦਾਖਲ ਹੋਣ ਜੋਗੇ ਪੈਸੇ ਨਹੀਂ ਸਨ ਕਿਤਾਬਾਂ ਵੀ ਨਹੀਂ ਸਾਂ ਲੈ ਸਕਦਾ ਉਹਨਾਂ ਮਾਸਟਰ ਹੋਰਾਂ ਉਹ ਜਿਨ੍ਹਾਂ ਦਾ ਮੈਂ ਤੈਨੂੰ ਅਤੇ ਤੂੰ ਮੈਨੂੰ ਦੱਸਿਆ ਸੀ ਮੈਨੂੰ ਰੁੱਖਾ ਲਿਖ ਕੇ ਦਿੱਤਾ ਅਤੇ ਸਿੱਖ ਨੈਸ਼ਨਲ ਕਾਲਜ ਤੋੜ ਦਿੱਤਾ ਲਓ ਜੀ ਮੈਂ ਉਸ ਬੰਦੇ ਨੂੰ ਜਾ ਮਿਲਿਆ ਉੱਥੇ ਰੁੱਖਾ ਦਿੱਤਾ ਉਹਨੇ ਪ੍ਰਿੰਸੀਪਲ ਨਰਿੰਜਨ ਸਿੰਘ ਨਾਲ ਗੱਲ ਕੀਤੀ ਮੇਰਾ ਦਾਖਲਾ ਹੋ ਗਿਆ ਕਿਤਾਬਾਂ ਵੀ ਮਿਲ ਗਈਆਂ ਮੇਰੀ ਦੁਪਹਿਰ ਅਤੇ ਸ਼ਾਮ ਦੀ ਰੋਟੀ ਦਾ ਵੀ ਬੰਦੋਬਸਤ ਹੋ ਗਿਆ ਸੌਣ ਦੀ ਥਾਂ ਵੀ ਉਹਨਾਂ ਆਖੀ ਪਰ ਮੈਂ ਕਿਹਾ ਜੀ ਮੇਰੇ ਰਿਸ਼ਤੇਦਾਰ ਨੇ ਮੇਰੇ ਪਿਓ ਨੇ ਉਹਨਾਂ ਨੂੰ ਮੇਰਾ ਆਖਿਆ ਹੈ ਇਸ ਲਈ ਸਵਾਂਗਾ ਮੈਂ ਉੱਥੇ ਹੀ ਸਵੇਰ ਤੋਂ ਸ਼ਾਮਾਂ ਤੀਕਰ ਮੇਰਾ ਸਾਰਾ ਵੇਲਾ ਉੱਥੇ ਹੀ ਲੰਘਦਾ ਸਾਰੇ ਮੁੰਡੇ ਸਿੱਖ ਸਨ ਮੈਂ ਇੱਕ ਇਕੱਲਾ ਮੁਸਲਮਾਨ ਪਰ ਉਹਨਾਂ ਕਦੀ ਮੈਨੂੰ ਰੱਤੀ ਜਿੰਨਾ ਵੀ ਓਪਰਾ ਨਾ ਸਮਝਣਾ ਪੜ੍ਹਦੇ ਤਾਂ ਅਸੀਂ ਇਕੱਠੇ ਹੀ ਸਾਂ ਮੈਂ ਉਹਨਾਂ ਨਾਲ ਗੁਰਦੁਆਰੇ ਵੀ ਟੁਰ ਜਾਣਾ ਅਤੇ ਪਾਠ ਅਤੇ ਸ਼ਬਦ ਕੀਰਤਨ ਸੁਣਦਿਆਂ ਰਹਿਣਾ ਉਦੋਂ ਹੀ ਮੈਨੂੰ ਪਤਾ ਲੱਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਬੇ ਫਰੀਦ ਦਾ ਕਲਾਮ ਵੀ ਹੈ ਇਹਦੀ ਪਾਰੋਂ ਮੇਰੀ ਨਿਰਾ ਉਹਨਾਂ ਸਿੱਖ ਪੜਿਆਰਾਂ ਨਾਲ ਹੀ ਨਹੀਂ ਸਿੱਖ ਧਰਮ ਨਾਲ ਵੀ ਬੜੀ ਗੂੜੀ ਪੈ ਗਈ
ਸ਼ੇਖ ਸਾਹਿਬ ਆਪਣੇ ਧਿਆਨ 'ਚ ਮਗਨ ਸੁਣਾਉਂਦੇ ਪਏ ਸਨ ਅਤੇ ਮੈਂ ਉਹਨਾਂ ਦੇ ਇੱਕ ਇੱਕ ਲਫ਼ਜ਼ ਨੂੰ ਵੱਡੇ ਗੌਹ ਨਾਲ ਸੁਣਦਾ ਸਾਂ ਪਿਆ। ਵੰਡ ਦੀਆਂ ਗੱਲਾਂ ਟੁਰਨ ਲੱਗ ਪਈਆਂ ਸਨ, ਹਿੰਦੂ ਮੁਸਲਮਾਨ ਅਤੇ ਸਿੱਖ ਦਾ ਸਵਾਲ ਬਣਨ ਲੱਗ ਪਿਆ, ਪੇੜ ਭੜਕੇ ਦੀਆਂ ਖਬਰਾਂ ਵੀ ਆਉਣ ਲੱਗ ਪਈਆਂ, ਕਲਕੱਤੇ ਬੜੀ ਦੁਨੀਆ ਮਾਰੀ ਗਈ ਹਿੰਦੂ ਮੁਸਲਿਮ ਫਸਾਦ ਵਿੱਚ, ਇੱਥੇ ਵੀ ਪਹਿਲੀ ਅੱਗ ਪੁੱਠੋਹਾਰ 'ਚ ਭੜਕੀ, ਮਾਰ ਤਾੜ ਹੋਈ, ਚੁੱਗੇ ਲੁੱਟੇ ਫੂਕੇ ਗਏ, ਤੀਆਂ 'ਤੇ ਮਾਵਾਂ ਭੈਣਾਂ ਚੁੱਕੀਆਂ ਗਈਆਂ, ਗੁੱਗ ਵਸਦੀ ਦੁਨੀਆ ਨਥਾਵੀਂ ਹੋ ਗਈ, ਨਾ ਕਿਸੇ ਦਾ ਘਰ ਬਚਿਆ ਨਾ ਚੁੱਗਾ, ਜੀ ਵੱਖਰੇ ਮਾਰੇ ਗਏ ਜਾਂ ਜਾਨਾਂ ਬਚਾਉਂਦੇ ਗੁਆਚ ਗਏ। ਲਾਹੌਰ ਵਿੱਚ ਹਿੰਦੂਆਂ ਸਿੱਖਾਂ ਦੀਆਂ ਸਕੂਲਾਂ ਕਾਲਜਾਂ 'ਚ ਕੈਂਪ ਲੱਗ ਗਏ, ਸਾਡੇ ਕਾਲਜ ਵੀ ਉਜੜੇ, ਲੋਕ ਆਨਪਨਾਹਗੀਰ ਹੋਏ। ਬੜੀਆਂ ਦਰਦੀਲੀਆਂ ਕਹਾਣੀਆਂ ਸਨ ਉਹਨਾਂ ਦੀਆਂ, ਲੋਕਾਂ ਦੀਆਂ ਅੱਖਾਂ ਨਹੀਂ ਸਨ ਅੱਠਰਦੀਆਂ, ਕੁਆੜੀਆਂ ਬਰਛੀਆਂ ਦੇ ਫੱਟ ਵੀ ਲੱਗੇ ਹੋਏ ਕਈਆਂ ਨੂੰ। ਅਸੀਂ ਸਾਰੇ ਪੜਿਆਰ ਉਹਨਾਂ ਸ਼ਰਨਾਰਥੀਆਂ ਦੀ ਸੇਵਾ 'ਚ ਜੁੱਟ ਗਏ। ਮੈਂ ਵੀ ਕਿਸੇ ਤੋਂ ਪਿੱਛੇ ਨਹੀਂ ਸਾਂ ਰਹਿੰਦਾ, ਮੇਰਾ ਦਿਲ ਵੀ ਬੜਾ ਦੁਖੀ ਸੀ। ਕਈ ਕਈ ਵਾਰ ਮੇਰੇ ਕੋਲੋਂ ਅਥਰੂ ਡੱਕਣੇ ਮੁਹਾਲ ਹੋ ਜਾਂਦੇ। ਕਾਰ ਸੇਵਾ ਵਿੱਚ ਰੁੱਝੇ ਸਾਰੇ ਜਣਿਆਂ ਵਿੱਚੋਂ ਇੱਕ ਮੈਂ ਹੀ ਸਾਂ ਜਿਹਦਾ ਹੁਲੀਆ ਕਿਸੇ ਨਾਲ ਨਹੀਂ ਸੀ ਰਲਦਾ, ਨਾ ਕੇਸ, ਨਾ ਪੱਗ, ਨਾ ਕੜਾ, ਨਾ ਕਿਰਪਾਨ, ਨਾ ਕੰਘਾ, ਨਾ ਟਿੱਕਾ ਰੇਖਾਂ, ਨਾ ਲਿੰਗਮ ਤਰਸ਼ੋਲ। ਜ਼ਹਰਾ ਨਿਸ਼ਾਨੀਆਂ ਵਿੱਚੋਂ ਕੋਈ ਇੱਕ ਵੀ ਤਾਂ ਨਹੀਂ ਸੀ ਮੇਰੇ ਕੋਲ, ਉੱਤੋਂ ਮੇਰਾ ਨਾਂ ਹਰ ਕੋਈ ਗਿਝਿਆ ਆਇਆ ਸੀ ਸ਼ਰੀਫ ਆਖਣ। ਵੱਡਿਆਂ ਟੁੱਕਿਆਂ ਅਤੇ ਉਜੜਿਆਂ ਪੁਜੜਿਆਂ 'ਚ ਮੇਰਾ ਨਾਂ ਲੈਂਦਿਆਂ ਕਈਆਂ ਨੂੰ ਝਾਕਾ ਆ ਜਾਂਦਾ, ਜਿਹੜੇ ਲੋਕਾਂ ਹੱਥੋਂ ਉਹ ਦੁਨੀਆ ਡੂੰਘੇ ਫੱਟ ਖਾ ਕੇ ਉੱਥੇ ਨਿਆਸਰੀ ਹੋਈ ਬੈਠੀ ਸੀ, ਉੱਥੇ ਮੇਰਾ ਨਾਂ ਉਹਨਾਂ ਦੇ ਫੱਟਾਂ ਉੱਤੇ ਲੂਣ ਮਿਰਚ ਤੋੜਨ ਤੋਂ ਵੀ ਕਿਤੇ ਵੱਧ ਤਸੀਹਾ ਸੀ। ਲੈ ਬਈ, ਇੱਕ ਦਿਨ ਮੈਂ ਗਿਆ ਤਾਂ ਮੇਰੇ ਸਾਰੇ ਬੇਲੀ ਮੈਨੂੰ ਲੈ ਕੇ ਇੱਕ ਕਮਰੇ 'ਚ ਬਹਿ ਗਏ, ਗੱਲ ਕਿਸੇ ਨੂੰ ਵੀ ਕਰਨੀ ਨਾ ਆਵੇ, ਸਾਰੇ ਚੁੱਪ ਚਾਣ ਇੱਕ ਦੂਜੇ ਵੱਲ ਵੇਖੀ ਆਉਣ। ਅਖੀਰ ਇੱਛਰ ਸਿਆਂ ਨੇ ਹੀਆ ਕੀਤਾ, ਇਹ ਯਾਰ ਵੀ ਮੇਰਾ ਸਭ ਤੋਂ ਚੋਖਾ ਸੀ। ਯਾਰ ਉਂਝ ਸਾਰੇ ਹੀ ਸਨ ਬੜੇ ਗੂੜੇ, ਪਰ ਇਹ ਸਮਝ ਲਓ ਸਭ ਤੋਂ ਬਾਲਾ ਸੀ। ਕਹਿਣ ਲੱਗਾ, ਮੁਹੰਮਦ ਸ਼ਰੀਫ, ਤੇਰੇ ਨਾਲ ਇੱਕ ਗੱਲ ਕਰਨੀ, ਪਰ ਕਰਨ ਤੋਂ ਪਹਿਲਾਂ ਅਸੀਂ ਸਾਰੇ ਹੱਥ ਬੰਨ ਕੇ ਤੇਥੋਂ ਖਿਮਾ ਮੰਗਦੇ ਹਾਂ। ਤੂੰ ਸਾਡਾ ਭਰਾ ਹੈ ਹਰ ਪੱਖੋਂ, ਸਾਨੂੰ ਤੇਰੇ ਨਾਲ ਕੋਈ ਵੰਡ ਵਿਤਕਰਾ ਵੀ ਨਹੀਂ। ਇੱਥੇ ਲੋਕ ਉਜੜੇ ਆਏ ਨੇ, ਮੁਸਲਮਾਨਾਂ ਨੇ ਇਹਨਾਂ ਦੀ ਵੱਢ ਟੁੱਕ ਵੀ ਕੀਤੀ, ਧੀਆਂ ਭੈਣਾਂ ਵੀ ਬੇਪੱਤ ਕੀਤੀਆਂ ਨੇ, ਅਤੇ ਇਹਨਾਂ ਨੂੰ ਇਹਨਾਂ ਦੇ ਸਦੀਆਂ ਪੁਰਾਣੇ ਵਸੇਬੇ ਤੋਂ ਵੀ ਖੁਦੜਿਆ ਹੈ। ਇਹਨਾਂ ਦੇ ਦਿਲਾਂ ਵਿੱਚ ਅੱਗ ਦੇ ਭਾਂਬੜ ਪੈ ਬਲਦੇ ਨੇ, ਤੇਰਾ ਸਭ ਨੂੰ ਪਤਾ ਹੈ ਤੂੰ ਮੁਸਲਮਾਨ ਹੈ। ਸਾਨੂੰ ਡਰ ਹੈ ਭਾਈ ਉਹ ਨਾ ਹੋਵੇ ਕੋਈ ਦੁਖੀਆ ਹੋਇਆ ਆ, ਕੋਈ ਦੁਖੀਆ ਹੋਇਆ ਰੋਹ ਵਿੱਚ ਆ ਕੇ ਤੇਰੇ ਉੱਤੇ ਦਾਵਾ ਨਾ ਕਰ ਦੇਵੇ। ਤੈਨੂੰ ਕੁਝ ਹੋ ਗਿਆ ਤਾਂ ਇੱਥੇ ਲਾਹੌਰ ਵਿੱਚ ਵੀ ਵਣਾਈ ਮੱਚ ਜਾਣੀ ਹੈ, ਸਾਡਾ ਸਾਰਿਆਂ ਦਾ ਤਰਲਾ ਹੈ ਤੈਨੂੰ, ਹੁਣ ਇੱਥੇ ਆਇਆ ਨਾ ਕਰ। ਸਾਡਾ ਸਾਰਿਆਂ ਦਾ ਤਰਲਾ ਤੈਨੂੰ, ਹੁਣ ਇੱਥੇ ਨਾ ਆਇਆ ਕਰ। ਸਾਰੇ ਅੱਖਾਂ ਨੀਵੀਆਂ ਕਰ ਲਈਆਂ, ਕਿਸੇ ਤੋਂ ਵੀ ਮੇਰੇ ਵੱਲ ਵੇਖਣ ਨਾ ਹੋਵੇ। ਮੈਨੂੰ ਤਾਂ ਇੰਜ ਲੱਗਾ ਜਿਵੇਂ ਆਏ ਸ਼ਰਨਾਥੀਆਂ ਵਾਕਣ, ਮੈਂ ਵੀ ਉਜੜ ਗਿਆ ਹੋਵਾਂ। ਮੇਰਾ ਤਾਂ ਸਾਰਾ ਕੁਝ ਇਹ ਸੱਜਣ ਇਹ ਮਿੱਤਰ ਹੀ ਸਨ, ਇਹਨਾਂ ਦਾ ਪਿਆਰ ਇਹਨਾਂ ਦੀ ਯਾਰੀ ਹੀ ਮੇਰਾ ਕੁੱਲ ਖਟਿਆ ਵਟਿਆ ਸੀ। ਇੱਥੋਂ ਨਿਕਲ ਕੇ ਕਿਹੜੀ ਲਾਮੇ ਜਾਵਾਂਗਾ। ਮੈਂ ਕੁਝ ਆਖਣਾ ਚਾਹੁੰਦਾ ਸਾਂ ਉਹਨਾਂ ਨੂੰ, ਪਰ ਮੇਰੀ ਆਵਾਜ਼ ਜਿਵੇਂ ਸੰਘ ਵਿੱਚ ਹੀ ਅੜ ਕੇ ਰਹਿ ਗਈ ਸੀ। ਅਖੀਰ ਮੈਂ ਬੋਲਿਆ ਜ਼ੋਰ ਲਾ ਕੇ, ਪਰ ਆਵਾਜ਼ ਬਹੁਤੀ ਉੱਚੀ ਨਾ ਨਿਕਲੀ ਮੈਥੋਂ। ਮੈਂ ਇੱਛਰ ਸਿੰਘ ਨੂੰ ਕਿਹਾ, ਗੱਲ ਤੁਹਾਡੀ ਠੀਕ ਹੈ, ਤੁਸੀਂ ਪਹਿਲਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਇੱਥੇ, ਫਿਰ ਤੁਹਾਨੂੰ ਦੱਸਾਂਗਾ ਮੈਂ ਕੀ ਚਾਹੁੰਦਾ। ਇੱਕ ਜਣਾ ਗਿਆ ਅਤੇ ਆਪਣੇ ਕਮਰੇ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਉਹ ਲੈ ਆਇਆ। ਮੈਂ ਕਿਹਾ, ਤੁਸੀਂ ਚਾਹੁੰਦੇ ਹੋ ਨਾ ਮੈਂ ਇੱਥੋਂ ਚਲਾ ਜਾਵਾਂ, ਇੱਥੇ ਨਾ ਆਵਾਂ ਕਰਾਂ। ਉਹ ਸਾਰੇ ਚੁੱਪ।
ਮੈਨੂੰ ਮਨਜ਼ੂਰ ਹੈ ਤੁਹਾਡੀ ਗੱਲ, ਆਖਰ ਮੇਰੇ ਭਲੇ ਲਈ ਆਖੀਏ ਤੁਸਾਂ, ਪਰ ਮੇਰੀ ਵੀ ਇੱਕ ਸ਼ਰਤ ਹੈ ਜਿਹੜੀ ਤੁਹਾਨੂੰ ਮੰਨੀ ਪਵੇਗੀ। ਉਹ ਮੇਰੇ ਵੱਲ ਵੇਖਣ ਲੱਗ ਪਿਆ, ਮੈਂ ਗੁਰੂ ਗ੍ਰੰਥ ਸਾਹਿਬ ਜੀਓ ਵੱਲ ਸਭ ਦਾ ਧਿਆਨ ਕਰਾਉਂਦਿਆਂ ਕਿਹਾ, ਇਹਦੇ ਵਿੱਚੋਂ ਮੈਨੂੰ ਇੱਕ ਰੁੱਗ ਅੰਗ ਦੇ ਦਿਓ। ਮੈਂ ਇੱਧਰ ਕਦੀ ਮੂੰਹ ਵੀ ਨਹੀਂ ਕਰਾਂਗਾ, ਦੱਸੋ ਮੈਨੂੰ ਦਿੰਦੇ ਹੋ ਕਿਹੜੇ ਅੰਗ? ਉਹ ਸਾਰੇ ਅਚੰਭੇ ਚ ਆ ਗਏ। ਮੇਰੀ ਆਵਾਜ਼ ਪਰੜਾ ਗਈ ਤੇ ਮੈਂ ਬੜੀ ਔਖਤ ਨਾਲ, ਔਖਤ ਤੇ ਪੀੜ ਨਾਲ ਬੋਲਿਆ, ਬਾਣੀ ਬਾਬਾ ਫਰੀਦ ਜੀਓ ਵਾਲੇ ਅੰਗ ਮੇਰੀਆਂ ਅੱਖਾਂ ਵਿੱਚੋਂ ਹੜਲੂ ਡੁੱਲ ਪਏ, ਸਭ ਦੀਆਂ ਡਾਂਡਾਂ ਨਿਕਲ ਗਈਆਂ। ਸ਼ੇਖ ਸਾਹਿਬ ਨੇ ਬੈਗ ਕੱਛੇ ਮਾਰਿਆ ਤੇ ਮੈਨੂੰ ਇਕੱਲੇ ਨੂੰ ਤਰਲ ਅੱਖਾਂ ਨਾਲ ਬੈਠੇ ਨੂੰ ਛੱਡ ਕੇ ਬਾਹਰ ਚਲੇ ਗਏ। ਉਹਨਾਂ ਇਹ ਵੀ ਨਾ ਪੁੱਛਿਆ ਹੁਣ ਆਰਾਮ ਹੀ।